ਲੁਟੇਰਿਆਂ ਦੇ ਵੱਲੋਂ ਜਿੱਥੇ ਪੰਜਾਬ ਦੇ ਵਿੱਚ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਆਮ ਲੋਕਾਂ ਨੂੰ ਵੀ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਪਰ ਹੁਣ ਆਮ ਲੋਕਾਂ ਦੇ ਨਾਲ ਨਾਲ ਲੁਟੇਰੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ। ਦੱਸ ਦਈਏ ਕਿ ਇੱਕ ASI ਨੂੰ ਸ਼ਰੇਆਮ ਸੜਕ ਦੇ ਉੱਤੇ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਵੇਂ ਹੀ ASI ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਦੇ ਉੱਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ASI ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਅਤੇ ਉਸਨੇ ਵੀ ਪੰਜਾਬ ਦੇ ਇਸ ਮਾਹੌਲ ਨੂੰ ਲੈ ਕੇ ਕਾਫ਼ੀ ਜ਼ਿਆਦਾ ਚਿੰਤਾ ਜ਼ਾਹਿਰ ਕੀਤੀ ਹੈ। ਤਾਂ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਾਬਕਾ ASI ਪੰਜਾਬ ਪੁਲਿਸ ਦਾ ਜਦੋਂ ਆਪਣੇ ਘਰ ਵਾਪਸੀ ਕਰ ਰਿਹਾ ਸੀ ਤਾਂ ਰਾਹ ਦੇ ਵਿੱਚ ਪਹਿਲਾਂ ਤਾਂ ਉਸਦਾ ਕਾਫ਼ੀ ਦੂਰੀ ਤੱਕ ਪਿੱਛਾ ਕੀਤਾ ਜਾਂਦਾ ਹੈ ਅਤੇ ਫਿਰ ਇੱਕ ਸੁੰਨਸਾਨ ਥਾਂ ਦੇ ਉੱਤੇ ਜਾ ਕੇ ਲੁਟੇਰੇ ਉਸਦੇ ਬਾਈਕ ਦੇ ਅੱਗੇ ਆਪਣਾ ਬਾਈਕ ਖੜਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਪਹਿਲਾਂ ਤਾਂ ਉਸਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਮੋਬਾਈਲ ਫੋਨ ਜਦੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ASI ਦੇ ਵੱਲੋਂ ਉਸਦਾ ਵਿਰੋਧ ਕੀਤਾ ਜਾਂਦਾ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਇਹਨਾਂ ਲੁਟੇਰਿਆਂ ਦੇ ਵੱਲੋਂ ਉਸਦੇ ਉੱਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਕਾਰਨ ਉਸਦੀ ਪਿੱਠ ਦੇ ਉੱਤੇ ਗੰਭੀਰ ਸੱਟ ਲੱਗੀ ਹੈ। ਹਾਲਾਂਕਿ ਮੌਕੇ ਦੇ ਉੱਤੇ ਜੋ ਲੁਟੇਰੇ ਸੀ ਉਹ ਫਰਾਰ ਹੋ ਗਏ ਨੇ, ਪਰ ਮੌਕੇ ਦੇ ਉੱਤੇ ਹੀ ਖੜ੍ਹੇ ASI ਦੇ ਵੱਲੋਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਹੁਣ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ। ਕੀ ਨਾਮ ਹੈ ਤੁਹਾਡਾ? ਵੀਰ ਜੀ ਬਲੌਂਤਰਾ ASI ਰਿਟਾਇਰ। ਪੰਜਾਬ ਪੁਲਿਸ ਮੈਂ ਵੀਰ ਜੀ ਆ ਰਹੀ ਮੰਦਰੇ ਤੋਂ ਬਟ ਰੋਡ ਤੋਂ, ਮੇਰੇ ਪਿੱਛੇ ਲੱਗੇ ਆਪਣੇ ਗੁਰਦੁਆਰਾ ਸਾਹਿਬ ਤੋਂ ਅਤੇ ਦੋ ਵਾਰੀ ਉਹਨਾਂ ਕੱਟ ਕੀਤਾ ਅੱਗੇ ਪਿੱਛੇ, ਫਿਰ ਉਹ ਬੈਗ ਗਏ ਆ, ਫਿਰ ਅੱਗੇ ਆਏ ਆ। ਮੈਂ ਉਹਨਾਂ ਨੂੰ ਪੁੱਛਿਆ ਪੁੱਤ ਕਿਵੇਂ ਆ? ਇੱਥੇ ਆ ਗਏ ਆ ਕੱਟ ਹੀ, ਇੱਥੇ ਮੋਟਰਸਾਈਕਲ ਖੜਾ ਵਾ। ਕਹਿੰਦੇ ਮਾਮਾ ਖੜ, ਮੈਂ ਖੜ ਗਿਆ ਉੱਥੇ ਮੋਟਰਸਾਈਕਲ ਲਾਇਆ, ਇਹਨਾਂ ਇੱਥੇ ਲਾਇਆ ਵਾ। ਅਤੇ ਮੈਂ ਦੱਸੋ ਪੁੱਤ, ਕਹਿੰਦਾ ਖੜ ਸੀ ਮਾਮਾ, ਮੈਂ ਖੜ ਗਿਆ ਇੱਟ ਮਾਰੀ ਪਿੱਛੇ, ਆਹ ਤੁਹਾਡੇ ਪਿੱਛੇ ਆ, ਆਹ ਦੇਖੋ ਨਿਸ਼ਾਨ ਵਾ। ਇੱਕ ਨਹੀਂ ਵਾਰ ਕੀਤਾ ਮੇਰੇ, 5-7 ਵਾਰ ਕੀਤੇ। ਅੱਗੋਂ ਮੈਂ ਕਮਜ਼ੋਰ ਨਹੀਂ ਸੀਗਾ, ਮੈਂ ਕੁਛ ਨਹੀਂ ਫੜਦੀ ਮੋਟਰਸਾਈਕਲ, ਭੱਜ ਗਏ। ਕਿੰਨੇ ਜਣੇ ਸੀ? 2 ਜਣੇ। ਮੁੱਲਾ ਬਸ਼ਨ ਨਹੀਂ, ਮੂੰਹ ਟੱਕੇ ਸੀ, ਮੁੱਲਾ ਬਸ਼ਨ ਸੀਗੇ, ਮੁੱਲਾ ਬਸ਼ਨ ਸੀਗੇ ਦੋਨੋਂ ਹੀ। ਇੱਕ ਤੇ ਵਾਲੇ ਘਗਰਾਲੇ ਸੀਗੇ, ਵੱਡੇ ਵੱਡੇ ਛੱਤੇ, ਦੂਜਾ ਮੈਂ ਇੰਨਾ ਧਿਆਨ ਨਹੀਂ ਕੀਤਾ, ਜੋ ਮੇਰੇ ਗਾਲੀ ਪੈ ਗਿਆ ਧਿਆਨ ਕਿਤੇ ਕੋਲ ਨਹੀਂ ਆ। ਵੀਰ ਜੀ ਇਹ ਨਹੀਂ ਸਵਾਲ ਕਰਨਾ, ਤੁਸੀਂ ਇਹ ਕਰੋ ਸਵਾਲ ਕਿ ਬਾਹਰ ਬੱਤੋਂ ਬੱਤਰ ਉਹ ਹੋ ਰਿਹਾ ASI ਦਾ, ਮੈਂ ਵੀ ਤੁਹਾਡੇ ਪਗੂ ਦਾ, ਤੁਸੀਂ ਸਵਾਲ ਨਹੀਂ ਕਰੋ, ਜਿਹੜਾ ਸਵਾਲ ਕਰਨਾ ਉਹ ਕਰੋ ਕਿ ਹਾਲਾਤ ਕਿਹੜੇ ਆ, ਬੇਬੱਤਰ ਹੋ ਰਹੇ ਆ, ਆਮ ਬੰਦਾ ਸੇਫ ਨਹੀਂ ਹੈ, ਮੁਲਾਜ਼ਮ ਤਾਂ ਕਿੱਥੇ ਆ, ਆਮ ਬੰਦਾ ਸੇਫ ਨਹੀਂ ਹੈ। ਜੇ ਮੰਨ ਲਓ ਮੇਰੇ ਕੋਲ ਨਾ ਹਿੰਮਤ ਹੁੰਦੀ, ਮੈਨੂੰ ਲੈ ਕੇ ਕੁੱਟ ਕੇ ਮੈਨੂੰ ਸੱਟਾਂ ਮਾਰ ਕੇ ਭੱਜ ਜਾਂਦੇ। ਕੋਈ ਮੋਬਾਈਲ ਫੋਨ ਦੀ ਕੁਛ, ਮੋਬਾਈਲ ਕੀ ਮੋਟਰਸਾਈਕਲ ਫੋਨ ਦੀ ਕੁਛ ਕੀਤੀ ਹੈ? ਤੇ ਆਪਣਾ ਮੋਟਰਸਾਈਕਲ ਛੱਡ ਕੇ ਉਹ ਖੜਾ ਸਾਹਮਣੇ ਨਹੀਂ, ਜਿਹੜਾ ਉਹਨਾਂ ਵੱਲ ਉਹਨਾਂ ਦਾ ਖੜਾ ਸਰ ਪਿੱਛੇ ਖੜਾ। ਟਾਈਮਿੰਗ ਕਿੰਨੇ ਕੁ ਵਜੇ ਦੀ? ਟਾਈਮਿੰਗ ਦੇਖੋ, ਟਾਈਮ ਵੀਰੇ ਨੋਟ ਨਹੀਂ ਕੀਤੀ ਹੈ, ਟਾਈਮ ਜਦੋਂ ਹੀ ਹੈ ਨਾ, ਟਾਈਮਿੰਗ ਨਹੀਂ ਨੋਟ, ਜੋ ਹੁਣ ਲਾ ਲਓ ਅੱਧਾ ਘੰਟਾ ਪਹਿਲਾਂ ਦੀ। ਇਹ ਦਿਨ ਦਿਹਾੜੇ ਹੁਣ ਬਿਲਕੁਲ ਹੋ ਗਿਆ ਜਿਵੇਂ ਤੇ, ਤਾਂ ਹੁਣ ਤਾਂ ਚੜਦਾ ਦੇਖ ਲਓ ਤੁਸੀਂ ਕੀ ਹੋ ਰਿਹਾ, ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾ ਵਾ, ਅਸੀਂ ਸੇਫ ਨਹੀਂ ਹੈ, ਸੇਫ ਕੌਣ ਹੈ? ਜੇ ਮੇਰੇ ਚਿੰਮਤ ਨਾ ਹੁੰਦੀ ਉਸ ਦਾ ਮੈਨੂੰ ਮਾਰ ਵੀ ਜਾਂਦੇ, ਇੱਟਾਂ ਚਲਾਈਆਂ, CCTV ਕੈਮਰੇ ਲੱਗੇ ਨਾ, ਦੇਖੋ ਮੈਂ ਉਹ ਗਿਆ ਉੱਥੇ ਤੱਕ ਜਿੱਥੇ ਲੱਗੇ ਨਾ ਆਪਣੀ ਸੋਰੀ ਜਿਹੜਾ ਵਾ ਗੁਰਦੁਆਰਾ ਸਾਹਿਬ ਦੇ, ਨਹੀਂ ਗੁਰਦੁਆਰਾ ਸਾਹਿਬ ਨਹੀਂ, ਜਿੱਥੇ ਆ ਫਰਨੀਚਰ ਦੀ ਦੁਕਾਨ ਹੈ ਉਹ ਤੱਕ ਟਿਕਟ ਲੈ ਕੇ ਪਿੱਛੇ ਗਿਆ ਮੈਂ, ਉਹ ਤੱਕ ਮੇਰੇ ਇੱਥੇ ਤੱਕ ਆਇਆ ਪਿੱਛੇ। ਇੱਥੋਂ ਭੱਜ ਕੇ ਗੋਬਿੰਦਨਗਰੀ ਵੱਲ ਨੂੰ ਗਏ ਨੇ? ਹਾਂਜੀ ਹਾਂਜੀ। ਇੱਕ ਬਰਡ ਰੋਡ ਤੇ ਹਾਦਸਾ ਵਾਪਰਿਆ ਕਿਸੇ ਦੇ ਨਾਲ, ਕੀ ਵਾਕਿਆ ਹੈਗਾ ਜੀ? ਸਰ ਵਾਕਿਆ ਬਾਰੇ ਤਾਂ ਸਾਨੂੰ, ਮੈਂ ਇੱਕ ਫੋਨ ਗਿਆ ਸੀਗਾ GRP ਥਾਣੇ ਵੱਲੋਂ ਸਾਡੇ ਇੰਚਾਰਜ ਨੂੰ, ਉਹਦੇ ਦੱਸਣ ਮੁਤਾਬਕ ਅਸੀਂ ਨਾਲ ਦੀ ਨਾਲ ਸੁਣਦੇ ਉਸੇ ਵੇਲੇ ਤੁਰੰਤ ਆ ਗਏ ਮੌਕੇ 'ਤੇ।
ਜਦੋਂ 10 ਮਿੰਟ ਪਹਿਲਾਂ ਇੱਥੋਂ ਰਾਉਂਡ ਲਾ ਕੇ ਗਏ 15 ਮਿੰਟ, ਉਦੋਂ ਹੈ ਨਹੀਂ ਸੀ ਕੋਈ ਗੱਲਬਾਤ ਹੈਗੀ ਇੱਥੇ। ਅੱਗੇ ਦੱਸਣ ਮੁਤਾਬਕ ਆ ਕੋਈ ਮੋਟਰਸਾਈਕਲ ਦੇ ਸੀਗੇ ਦੋ ਜਣੇ, ਉਹਨਾਂ ਨੇ ਕੋਈ ਸੱਟ ਸੁੱਟ ਲਾਈਆਂ ਜੀ। ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ? ਇਹੋ ਹੀ ਹੋ ਸਕਦਾ ਜੀ, ਇਹੋ ਇਰਾਦਾ ਹੋ ਸਕਦਾ ਜੀ।